ਆਫੀਸ਼ੀਅਲਸ ਨੂੰ ਕਹੂੰਗਾ ਸਿੱਕਾ ਉਛਾਲੋ ਅਤੇ ਦੇਖਦੇ ਹਾਂ ਕਿ ਕਿਹੜੀ ਕੈਪਟਨ ਜਿੱਤੀ ਹੈ ਟੌਸ। ਦੋ ਕੈਪਟਨਸ ਹੱਥ ਮਿਲਾਉਂਦੀਆਂ ਹੋਈਆਂ ਸਿੱਕਾ ਆਫੀਸ਼ੀਅਲ ਦੇ ਹੱਥ ਦੇ ਵਿੱਚ ਅਤੇ ਇੰਡੀਆ ਦੇ ਖਿਡਾਰਨ ਨੇ ਆਪਣਾ ਪਾਸਾ ਮੰਗਿਆ, ਟੇਲਸ ਆਇਆ ਹੈ। ਮੈਕਸੀਕੋ ਨੇ ਯੈਸ, ਵਾਟ ਵੁੱਡ ਯੂ ਲਾਈਕ ਟੂ ਗੋ ਫੋਰ? ਰਾਈਟ, ਯਾ ਦੈਟਸ ਵਾਟ ਆ ਥੌਟ। ਆਲਰਾਈਟ, ਮੈਕਸੀਕਨ ਖਿਡਾਰਨ ਨੇ ਰੇਡ ਦੀ ਜਿਹੜੀ ਹੈ ਉਹ ਡਿਮਾਂਡ ਕੀਤੀ ਹੈ, ਰੇਡ ਮਿਲੇਗੀ ਕਿਉਂਕਿ ਸਿੱਕਾ ਉਹਨਾਂ ਦੇ ਪੱਖ ਦੇ ਵਿੱਚ ਆਇਆ ਹੈ। ਕਰਦੇ ਹਾਂ ਸ਼ੁਰੂਆਤ ਇਸ ਦਿਲਚਸਪ ਮੁਕਾਬਲੇ ਦੀ। ਤਾਂ ਮੈਚ ਅਲੈਗਜ਼ੈਂਡਰਾ ਸੈਂਟੈਗੋ ਰੇਡ ਕਰਦੀ ਹੋਈ, ਕੱਲ੍ਹ ਵੀ ਇਸ ਲੜਕੀ ਨੇ ਅਟਾਰੀ ਦੇ ਵਿੱਚ ਜ਼ੋਰਦਾਰ ਜਿਹੜੀਆਂ ਰੇਡਾਂ ਪਾਈਆਂ ਸੀ ਔਰ ਸਾਹਮਣੇ ਡਬਲ ਟੱਚ ਦਾ ਬੈਨੀਫਿਟ ਲੱਗਦਾ ਹੈ ਕਿ ਇਸ ਜਿਹੜਾ ਖਿਡਾਰਨ ਦੇ ਹੱਕ ਦੇ ਵਿੱਚ ਜਾਏਗਾ। ਔਰ ਗੁਰਜੀਤ ਸਿੰਘ ਦਾ ਇਸ਼ਾਰਾ ਅੱਗੇ ਅੰਕ ਮੈਕਸੀਕੋ ਨੂੰ ਜਾਂਦਾ ਹੋਇਆ ਔਰ ਰਾਮ ਬਤੇਰੀ ਇਹ ਉਹ ਖਿਡਾਰਨ ਜਿਸਨੇ ਸਰਵੋਤਮ ਖਿਡਾਰਨ ਦਾ ਰੇਡਰ ਦਾ ਵੀ ਖਿਤਾਬ ਜਿੱਤਿਆ। ਗੁਆਂਢੀ ਇਸੇ ਇਲਾਕੇ ਦਾ ਮਾਨ ਹੈ, ਇਹ ਖਿਡਾਰਨ ਨੈਸ਼ਨਲ ਕਾਲਜ ਚੁਬਕੀ ਦੀ ਵਿਦਿਆਰਥਣ ਹੈ ਜਿੱਥੋਂ ਕਦੇ ਗਲਜਾਰੀ ਮੂਨਕ ਪੜਿਆ ਕਰਦਾ ਸੀ। ਬਹੁਤ ਹੀ ਸੋਹਣੇ ਅੰਦਾਜ਼ ਦੇ ਵਿੱਚ ਰਾਮ ਬਤੇਰੀ ਇੱਕ ਵੱਡਾ ਨਾਂ ਬਣ ਚੁੱਕੀ ਹੈ ਕਬੱਡੀ ਦੇ ਖੇਤਰ ਦੇ ਵਿੱਚ, ਅੰਕ ਹਾਸਿਲ ਕੀਤਾ ਆਪਣੀ ਟੀਮ ਦੇ ਲਈ, ਬਰਾਬਰੀ ਤੇ ਲੈ ਕੇ ਆਈ ਭਾਰਤੀ ਟੀਮ ਨੂੰ। ਔਰ ਦੂਸਰੇ ਪਾਸੇ ਤਾਨੀਆ ਅਯਾਮਾ ਸ੍ਰੀ ਮਹਿੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਮੈਕਸੀਕੋ ਅਤੇ USA ਦੀਆਂ ਟੀਮਾਂ ਹਰ ਵਾਰ ਵਿਸ਼ਵ ਕੱਪਾਂ ਦੀ ਸ਼ਾਨ ਬਣਦੀਆਂ ਨੇ, ਉਹਨਾਂ ਦੇ ਸਾਥੀ ਨੇ ਜਿਹੜੇ ਉਹਨਾਂ ਦੇ ਯਤਨ ਨੇ। ਅਮੈਰੀਕਾ ਵਰਗੇ ਦੇਸ਼ਾਂ ਦੇ ਵਿੱਚ ਬਾਸਕਟਬਾਲ ਨੂੰ ਪਸੰਦ ਕਰਨ ਵਾਲੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਕਬੱਡੀ ਦੇ ਝੰਡੇ ਗੱਡੇ ਨੇ। ਔਰ ਇੱਕ ਹੋਰ ਜਿਹੜਾ ਅੰਕ ਹੈ, ਮੈਕਸੀਕੋ ਦੀ ਖਿਡਾਰਨ ਡਬਲ ਟੱਚ ਦਾ ਬੈਨੀਫਿਟ ਲੈਂਦੀ ਹੋਈ ਔਰ ਦੂਸਰੇ ਪਾਸੇ ਖਿਡਾਰਨ ਇੰਡੀਆ ਦੀ ਤਰਫੋਂ ਰੇਡ ਕਰਦੀ ਹੋਈ ਸੁਖਵਿੰਦਰ ਕੌਰ ਸੁੱਖੀ, ਜਿਹੜੀ ਕਿ ਭਾਰਤ ਦੀ ਕਪਤਾਨੀ ਵੀ ਕਰ ਚੁੱਕੀ ਹੈ ਪਿਛਲੇ ਵਿਸ਼ਵ ਕੱਪ ਦੇ ਵਿੱਚ, ਹਲਕੇ ਹਲਕੇ ਕਦਮਾਂ ਦੇ ਨਾਲ ਅੰਕ ਆਪਣੀ ਟੀਮ ਦੇ ਲਈ ਗ੍ਰੀਆ ਸੈਂਟੀਗੋ ਨੂੰ ਬੀਟ ਕਰਦੀ ਹੋਈ ਅੰਕ ਜੋੜਦੀ ਹੋਈ ਦੋਵੇਂ ਦੀ ਬਰਾਬਰੀ ਤੇ ਚੱਲਦਾ ਹੋਇਆ ਮੈਚ। ਬਹੁਤ ਸ਼ਾਨਦਾਰ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਦੋਨੋਂ ਟੀਮਾਂ ਦੇ ਦਰਮਿਆਨ, ਮੈਕਸੀਕੋ ਤੇ ਭਾਰਤ ਦੇ ਦਰਮਿਆਨ ਖੇਡਿਆ ਜਾ ਰਿਹਾ ਮੁਕਾਬਲਾ। ਅਨਾ ਕੇਰਨ ਇਸ ਸਮੇਂ ਮੈਕਸੀਕੋ ਦੀ ਖਿਡਾਰਨ ਕਬੱਡੀ ਬਣਨ ਦੇ ਵਾਸਤੇ ਅੱਗੇ ਵੱਲ ਵੱਧ ਚੁੱਕੀ ਹੈ। ਚਾਰ ਸਟੋਪਰ ਤੇ ਭਾਰਤ ਵੱਲੋਂ ਇਸ ਸਮੇਂ ਮੁਕਾਬਲਾ ਕਰਦੇ ਹੋਏ ਲਓ ਸਾਹਮਣੇ ਮੁਕਾਬਲਾ ਜਿਹੜਾ ਹੋ ਚੁੱਕਾ ਹੈ, ਕੋਸ਼ਿਸ਼ ਕਰਦੀ ਹੋਈ ਇੰਡੀਆ ਦੀ ਖਿਡਾਰਨ ਪੁਆਇੰਟ ਜਿਹੜਾ ਹੈ ਇਸ ਸਮੇਂ ਰੇਡਰ ਦੇ ਵਾਸਤੇ ਗੁਰਦਾ ਹੋਇਆ ਮੈਕਸੀਕੋ ਦੀ ਟੀਮ ਦੇ ਲਈ। ਬਹੁਤ ਵਧੀਆ ਸ਼ੁਰੂਆਤ ਹੋਈ ਹੈ ਮੁਕਾਬਲੇ ਦੀ, ਤਿੰਨ ਖਿਡਾਰਨਾਂ ਕਹਿੰਦੇ ਇਸ ਮੁਕਾਬਲੇ ਦੇ ਵਿੱਚ ਜਿਹੜੀਆਂ ਖੇਡ ਰਹੀਆਂ ਨੇ ਉਹ ਸਮੈਨ ਪਿੰਡ ਦੀਆਂ, ਇੱਥੋਂ ਗੁਆਂਢੀ ਹਰਿਆਣਾ ਸਟੇਟ ਦੀਆਂ। ਇਹ ਮੈਨੂੰ ਹੈ ਜੋ ਹੋਰ ਮੈਦਾਨ ਦੇ ਵਿੱਚ ਕਬੱਡੀ ਪਾ ਰਹੀ ਹੈ ਇਹ ਵੀ ਸਮੈਨ ਪਿੰਡ ਨੂੰ ਬਿਲੋਂਗ ਕਰਦੀ ਹੈ। ਲਓ ਇਸੀ ਕਬੱਡੀ ਦੇ ਉੱਤੇ ਤਿੰਨ ਸਟਾਪਰ ਮੈਕਸੀਕੋ ਵੱਲੋਂ, ਕੌਣ ਮੁਕਾਬਲਾ ਕਰੇਗਾ ਬਲਕਿ ਹੱਥ ਲਾਉਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ। ਲਓ ਮੁਕਾਬਲਾ ਜਿਹੜਾ ਹੋ ਚੁੱਕਾ ਇਸ ਸਮੇਂ ਮੀਨਾ ਦੀ ਪਈ ਕਬੱਡੀ, ਮੀਨਾ ਬਾਦਲ ਦੀ ਪੁਆਇੰਟ ਜਿਹੜਾ ਹੈ ਜੋੜਦੀ ਹੋਈ ਇਸ ਸਮੇਂ ਕ੍ਰਿਸ਼ਨ ਦੇ ਨਾਲ ਮੁਕਾਬਲਾ ਕਰਕੇ ਇੰਡੀਆ ਦੇ ਵਾਸਤੇ। ਕਬੱਡੀ ਦੇ ਦੀਵਾਨੇ, ਕਬੱਡੀ ਦੇ ਪ੍ਰੇਮੀ ਅੱਜ ਕਬੱਡੀ ਦਾ ਨਜ਼ਾਰਾ ਮੰਗਦੇ ਹੋਏ ਡਾਕਟਰ BR ਅੰਬੇਡਕਰ ਛੇਵਾਂ ਵਿਸ਼ਵ ਕਬੱਡੀ ਕੱਪ ਪੰਜਾਬ 2016 ਜਿਹੜੇ ਖੇਡੇ ਜਾ ਰਹੇ ਹੈ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਡਿਊਸ ਰੈਫਰੈਂਸ ਮੈਕਸੀਕੋ ਦੀ ਖਿਡਾਰਨ, ਬਹੁਤ ਵਧੀਆ ਅੰਦਾਜ਼ ਦੇ ਵਿੱਚ ਪੇਸ਼ੀ ਕਬੱਡੀ, ਜੱਸੂ ਹੈ, ਖੁਸ਼ਬੂ ਹੈ, ਸੁਖੀ ਹੈ। ਕੌਣ ਮੁਕਾਬਲਾ ਕਰੇਗੀ ਭਾਰਤ ਦੀ ਖਿਡਾਰਨ ਇਸ ਸਮੇਂ ਜੱਸੂ ਦੇ ਨਾਲ ਮੁਕਾਬਲਾ ਹੁੰਦਾ ਹੋਇਆ, ਬਹੁਤ ਵਧੀਆ ਕੋਸ਼ਿਸ਼ ਕਰਦੀ ਹੋਈ ਇੰਡੀਆ ਦੀ ਟੀਮ ਦੇ ਖਿਡਾਰਨ ਜੱਸੂ, ਜਿਸਨੇ ਇਸ ਸਮੇਂ ਗੁੱਟ ਫੜਿਆ ਹੈ, ਕਿੱਕਲੀਆਂ ਪਾਉਣ ਵਾਲੀ ਗੱਲ ਮੈਦਾਨ ਦੇ ਵਿੱਚ ਹੋ ਚੁੱਕੀ ਹੈ। ਲਓ ਦੋਨੋਂ ਖਿਡਾਰਨਾਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ, ਸਮਾਂ ਜਿਹੜਾ ਬੀਤਦਾ ਜਾ ਰਿਹਾ ਹੈ, ਦੇਸ਼ ਦੀ ਪੇਸ਼ੀ ਕਬੱਡੀ ਤੇ ਪੁਆਇੰਟ ਜਿਹੜਾ ਭਾਰਤ ਦੇ ਵਾਸਤੇ ਜੁੜਦਾ ਹੋਇਆ, ਪੁਆਇੰਟ ਜਿਹੜਾ ਇੰਡੀਆ ਦੇ ਵਾਸਤੇ ਜੁੜਦਾ ਹੋਇਆ, ਦਰਸ਼ਕ ਹੱਥ ਲਾ ਕੇ ਇਹਨਾਂ ਬੱਚਿਆਂ ਦਾ ਸਵਾਗਤ ਕਰਦੇ ਹੋਏ। ਅਗਲੀ ਰੇਡ ਹਰਵਿੰਦਰ ਕੌਰ ਦੇ ਵਿੱਚ ਵੱਡਾ ਨਾਮ ਰੇਡ ਕਰਨ ਦੇ ਲਈ ਅੱਗੇ ਵਾਧੀ ਹੋਈ ਹਰਵਿੰਦਰ ਕੌਰ ਨੂੰ ਨਾ, ਬੜਾ ਸੋਹਣਾ ਅੰਦਾਜ਼ ਪਿਛਲੇ ਮੈਚ ਦੇ ਵਿੱਚ ਸਰਾਭਾ ਵਿਖੇ ਇਸ ਖਿਡਾਰਨ ਨੇ ਲੋਕਾਂ ਦੇ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਡੂੰਘੀ ਥਾਂ ਬਣਾਈ ਸੀ ਆਪਣੇ ਅੰਦਾਜ਼ ਦੇ ਨਾਲ। ਔਰ ਦੂਸਰੇ ਪਾਸੇ ਸੰਘਰਸ਼ ਹੁੰਦਾ ਹੋਇਆ ਮੈਕਸੀਕੋ ਦੀ ਖਿਡਾਰਨ ਦੇ ਨਾਲ ਔਰ ਜ਼ੋਰਦਾਰ ਹਲਕੇ ਦੇ ਅੰਦਾਜ਼ ਦੇ ਨਾਲ ਪਛਾੜਦੀ ਹੋਈ ਅਨਾ ਕੇਰਨ ਨੂੰ ਅੰਕ ਜੋੜਿਆ ਨੋਨਾ ਨੇ ਆਪਣੀ ਟੀਮ ਦੇ ਲਈ 5-3-2 ਅੰਕਾਂ ਦਾ ਜਿਹੜਾ ਅੰਤਰ ਹੈ। ਔਰ ਇੱਕ ਵਾਰੀ ਫਿਰ ਅਲੈਗਜ਼ੈਂਡਰਾ ਸੈਂਟੀਗੋ, ਅਲੈਗਜ਼ੈਂਡਰਾ ਨੇ ਅੱਛੀਆਂ ਰੇਡਾਂ ਪਾਈਆਂ ਸੀ ਪਿਛਲੇ ਮੈਚ ਦੇ ਵਿੱਚ, ਕੱਲ੍ਹ ਜਦੋਂ ਇਸ ਟੀਮ ਦਾ ਸ਼੍ਰੀਲੰਕਾ ਦੇ ਨਾਲ ਅਟਾਰੀ ਵਿਖੇ ਮੁਕਾਬਲਾ ਹੋਇਆ ਸੀ। ਇਸ ਟੀਮ ਦੇ ਸੰਚਾਲਕ ਮੈਕਸੀਕੋ ਦੇ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਕੁਝ ਖਿਡਾਰਨਾਂ ਪ੍ਰੀਖਿਆਵਾਂ ਕਰਕੇ ਇਮਤਿਹਾਨ ਕਰਕੇ ਆ ਨਹੀਂ ਸਕੀਆਂ, ਜਿਸ ਕਰਕੇ ਉਹਨਾਂ ਦੀ ਟੀਮ ਕੁਝ ਹਲਕੀ ਹੈ। ਔਰ ਡਬਲ ਟੱਚ ਦਾ ਜਿਹੜਾ ਫਾਇਦਾ ਇੱਕ ਵਾਰੀ ਫਿਰ ਉਠਾਇਆ ਅਲੈਗਜ਼ੈਂਡਰਾ ਨੇ ਔਰ ਅੰਕ ਜਿਹੜਾ 5-4 ਅੰਕਾਂ ਦਾ ਅੰਤਰ ਹੈ ਦੋਨਾਂ ਟੀਮਾਂ ਦੇ ਦਰਮਿਆਨ, ਸਿਰਫ ਇੱਕ ਅੰਕ ਦਾ ਜਿਹੜਾ ਅੰਤਰ ਹੈ। ਦੂਸਰੇ ਪਾਸੇ ਰੇਡ ਕਰਦੀ ਹੋਈ ਖਿਡਾਰਨ
ਇੰਡੀਆ ਦੀ ਤਰਫੋਂ ਆਪਣੇ ਪਾਲੇ ਦੇ ਵੱਲ ਅੰਕ ਲੈ ਕੇ ਵਾਧੀ ਹੋਈ ਸੋਹਣੀਆਂ ਸੋਹਣੀਆਂ ਨੇ ਇੱਕ ਅੰਕ ਦਾ ਹੋਰ ਵਾਧਾ ਕੀਤਾ ਇਹ ਨੇ ਪੰਜਾਬ ਪੁਲਿਸ ਦੀਆਂ ਉਹ ਮੁਟਿਆਰਾਂ ਜਿਹੜੀਆਂ ਕਿ ਹਰ ਵੇਲੇ ਮੁਸਤੈਦ ਰਹਿੰਦੀਆਂ ਨੇ ਹਰੇਕ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਸਮਾਜ ਨੂੰ ਔਰ ਦੂਸਰੇ ਪਾਸੇ ਹਰੇਕ ਕੰਮ ਦੇ ਲਈ ਕਾਨੀਆਂ ਅਮਾਇਆ ਕਾਨੀਆਂ ਅਮਾਇਆ ਅੱਗੇ ਵਾਧੀ ਹੋਈ 6-4 ਦੋ ਅੰਕਾਂ ਦਾ ਅੰਤਰ ਔਰ ਜਿਹੜਾ ਮੁਕਾਬਲਾ ਉਹਦਾ ਭਾਰਤੀ ਖਿਡਾਰਨ ਦੇ ਨਾਲ ਦੇਖਣਾ ਕਿ ਸੁਖਦੀਪ ਕੌਰ ਕਿਸ ਤਰ੍ਹਾਂ ਖੇਡਦੀ ਹੋਈ ਸੁਖਦੀਪ ਕੌਰ ਗੁਲਾਬੀ ਪੁਸ਼ਾਕ ਦੇ ਵਿੱਚ ਭਾਰਤੀ ਮੁਟਿਆਰਾਂ ਔਰ ਹਰੀ ਪੁਸ਼ਾਕ ਦੇ ਵਿੱਚ ਮੈਕਸੀਕੋ ਦੀਆਂ ਖਿਡਾਰਨਾਂ ਔਰ ਨੱਕਾ ਜਿਹੜੀ ਬੁਰੀ ਤਰ੍ਹਾਂ ਫੜੀ ਹੋਈ ਹੈ ਇਹ ਜਿਹੜਾ ਦਾਹ ਹੈ ਜਿਸ ਤਰ੍ਹਾਂ ਜਦੋਂ ਇਨਸਾਨ ਨਿਹੱਥਾ ਹੋ ਜਾਂਦਾ ਸਾਡੇ ਸਰੀਰ ਦੇ ਮੇਜਰ 3 ਅੰਗਾਂ 'ਚ ਇੱਕ ਅੰਕ ਜਿਹੜਾ ਹਰਕਤ 'ਚ ਰਹਿ ਜਾਵੇ ਤਾਂ ਭੱਜਣਾ ਜਿਹੜਾ ਮੁਸ਼ਕਿਲ ਹੋ ਜਾਂਦਾ ਰਜੇਸ਼ ਧਵਾਨ ਦਾ ਹੀਟਰ ਦੱਸਦਾ ਕਿ ਅੰਕ ਹੈ ਜਿਹੜਾ ਭਾਰਤ ਦੇ ਖਾਤੇ ਦੇ ਵਿੱਚ ਲਿਖਿਆ ਗਿਆ ਤਿਰੰਗੇ ਦੇ ਥੱਲੇ ਲਿਖਿਆ ਗਿਆ ਅੰਕ 7-4 ਇੰਡੀਆ ਦੇ ਪੱਖ ਦੇ ਵਿੱਚ ਜੁੜਦੇ ਹੋਏ ਰਾਮ ਬਤੇਰੀ ਮਾਨ ਹੈ ਪੰਜਾਬੀ ਯੂਨੀਵਰਸਿਟੀ ਦਾ ਮਾਨ ਹੈ ਇਹਨਾਂ ਖੇਡ ਮੈਦਾਨਾਂ ਦਾ ਹਰਿਆਣੇ ਦਾ ਤੇ ਹਿੰਦੁਸਤਾਨ ਦਾ ਜਿਸ ਨੇ ਇੰਡੀਆ ਲਿਖਾਉਣ ਦੇ ਲਈ ਕੀਤੀ ਮੁਸ਼ਕਤ ਸਾਫ਼ ਨਜ਼ਰ ਆਉਂਦੀ ਹੈ ਇਸਦੀ ਖੇਡ ਤੋਂ ਬੜੇ ਸੋਹਣੇ ਅੰਦਾਜ਼ ਦੇ ਵਿੱਚ ਰਾਮ ਬਤੇਰੀ ਨੇ ਜਿਹੜੇ ਹੁਣ ਤੱਕ ਖੇਡ ਦਿਖਾਈ ਹੈ ਕ੍ਰਿਸਟਨ ਦੇ ਨਾਲ ਮੁਕਾਬਲਾ ਹੁੰਦਾ ਹੋਇਆ ਔਰ ਰਾਮ ਬਤੇਰੀ ਦੀ ਜਿਹੜੀ ਕਿੱਟ ਹੈ ਉਹ ਫੜੀ ਗਈ ਹੈ ਚੈੱਕ ਕੀਤੀ ਰੈਫਰੀ ਗੁਰਪ੍ਰੀਤ ਸਿੰਘ ਨੇ ਔਰ ਕੌਰ ਸਿੰਘ ਨੇ ਵੀ ਮੋਹਰ ਲਗਾਈ ਅੰਕ ਹੈ ਰਾਮ ਬਤੇਰੀ ਦੇ ਪੱਖ 'ਚ ਕਬੱਡੀ ਦੀ ਜਿੰਦ ਜਾਨ ਦੇ ਮੋਟਿਵ ਦੇ ਲੋਗੋ ਲੈ ਕੇ ਪਹੁੰਚੇ ਹੋਏ ਟਰੱਕਾਂ ਦੇ ਉੱਪਰ ਵੀ ਬੈਠੇ ਹੋਏ ਨੇ ਦਰਸ਼ਕ ਔਰ ਅਗਲੀ ਰੇਲ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਮੈਕਸੀਕੋ ਦੇ ਤਰਫੋਂ ਅਲੇਪੀ ਬੇਟੀਜ ਵੱਲੋਂ ਅਲੇਪੀ ਵੱਲੋਂ ਓਲੰਪਿਕ ਬੇਟਸ ਇਸ ਸਮੇਂ ਮੈਕਸੀਕੋ ਦੀ ਖਿਡਾਰਨ ਮੈਦਾਨ ਦੇ ਵਿੱਚ ਕਬੱਡੀ ਪਾਉਂਦੀ ਹੋਈ ਬਾਅਦ ਵਜੇ ਪੁਆਇੰਟ ਇਸ ਸਮੇਂ ਭਾਰਤ ਦੇ ਵਾਸਤੇ ਜੁੜਦਾ ਹੋਇਆ ਪੁਆਇੰਟ ਜਿਹੜਾ ਇੰਡੀਆ ਦੇ ਵਾਸਤੇ ਜੁੜਦਾ ਹੋਇਆ ਸ਼ਾਨਦਾਰ ਮੁਕਾਬਲਾ 8 ਪੁਆਇੰਟ ਜਿਹੜੇ ਭਾਰਤ ਦੇ ਨੇ 4 ਪੁਆਇੰਟ ਜਿਹੜੇ ਮੈਕਸੀਕੋ ਦੇ ਵੱਡੀ ਤਾਦਾਦ ਦੇ ਵਿੱਚ ਜੁੜੇ ਹੋਏ ਖੇਡ ਪ੍ਰੇਮੀ ਚੱਲਦਾ ਹੋਇਆ ਸ਼ਾਨਦਾਰ ਮੁਕਾਬਲਾ ਹੈ ਅਗਲੀ ਰੇਡ ਪਾਉਣ ਦੇ ਵਾਸਤੇ ਸੁਖਵਿੰਦਰ ਕੌਰ ਸੁੱਖੀ ਬਾਅਦ ਵਜੇ ਖਿਡਾਰਨ ਇਸ ਸਮੇਂ ਇੰਡੀਆ ਦੀ ਟੀਮ ਵੱਲੋਂ ਰੇਡ ਪਾਉਣ ਦੇ ਵਾਸਤੇ ਜਾਂਦੀ ਹੋਈ ਕਿ ਜਦ ਪੈਣ ਕਪਾਹੀ ਫੁੱਲ ਸਾਨੂੰ ਉਹ ਰੁੱਤ ਲੈ ਦੀ ਮੁੱਲ ਦੇ ਧਰਮੀ ਬਾਬਲਾ ਸਾਨੂੰ ਉਹ ਰੁੱਤ ਲੈ ਦੀ ਮੁੱਲ ਕੀ ਕਰਨੇ ਤੇਰੇ ਮਾਨ ਸਰੋਵਰ ਦੇ ਹੰਸ ਨੇ ਤ੍ਰਿਹਾਈਆਂ ਕੀ ਕਰਨੇ ਤੇਰੇ ਮਿਲਖ ਜਗੀਰਾਂ ਦੇ ਧੀਆਂ ਕਮਲਾਈਆਂ ਕੀ ਕਰਨੀ ਤੇਰੀ ਚੋਗ ਖਿਲਾਰੀ ਐਵੇਂ ਮੋਤੀਆਂ ਤੁਲ ਜੇ ਰੁੱਤ ਨਾ ਲੈ ਸਕਿਆ ਮੁੱਲ ਦੇ ਧਰਮੀ ਬਾਬਲਾ ਲਓ ਮੁਕਾਬਲਾ ਜਿਹੜੇ ਇਸ ਸਮੇਂ ਕ੍ਰਿਸਟਨ ਦੇ ਨਾਲ ਹੋਇਆ ਬਹੁਤ ਵਧੀਆ ਸੁਖਵਿੰਦਰ ਸੁੱਖੀ ਦੇਖੋ ਦਰਸ਼ਕਾਂ ਨੂੰ ਜਿੱਥੇ ਨੀ ਕਿਤੇ ਥਾਂ ਲੱਭ ਰਹੀ ਹੈ ਅੱਜ ਵੱਡੀ ਤਾਦਾਦ ਹੈ ਵੱਡੀ ਗਿਣਤੀ ਦੇ ਵਿੱਚ ਪੁੱਜੇ ਹੋਏ ਖੇਡ ਪ੍ਰੇਮੀ ਨਜ਼ਾਰਾ ਮਾਣਦੇ ਹੋਏ ਖੇਡ ਕਬੱਡੀ ਦਾ ਕਬੱਡੀ ਦੇ ਨਾਲ ਪਿਆਰ ਹੈ ਪੰਜਾਬੀਆਂ ਨੂੰ ਪ੍ਰੀਤਾਂ ਪਾਈਆਂ ਇਸ ਖੇਡ ਦੇ ਨਾਲ ਪੰਜਾਬੀਆਂ ਨੇ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਡਿਊਸ ਇਸ ਸਮੇਂ ਰੈਫਰੈਂਸ ਅੱਗੇ ਵੱਲ ਵੱਧ ਹੋਈ ਖੁਸ਼ਬੂ ਆਪਣੀ ਖੇਡ ਦੀ ਖੁਸ਼ਬੂ ਵੱਧਦੀ ਹੋਈ ਭਾਰਤ ਦੀ ਟੀਮ ਦੀ ਖਿਡਾਰਨ ਜਿਹਨੇ ਪਹਿਲੇ ਮੈਚ ਦੇ ਵਿੱਚ ਵੀ ਸ਼ਾਨਦਾਰ ਜਫੇ ਲਾਏ ਤੇ ਅੱਜ ਵੀ ਸ਼ਾਨਦਾਰ ਕੋਸ਼ਿਸ਼ ਹੈ ਬਹੁਤ ਦਾਅ ਬਣਾਉਂਦੀ ਹੋਈ ਇਸ ਸਮੇਂ ਇੰਡੀਆ ਦੀ ਟੀਮ ਵੱਲੋਂ ਲੱਗਾ ਹੋਇਆ ਜ਼ੋਰ ਸਮਾਂ ਜਿਹੜਾ ਬੀਤਰਾ ਜਾ ਰਿਹਾ ਹੈ ਖੁਸ਼ਬੂ ਦੀ ਬਹੁਤ ਵਧੀਆ ਕੋਸ਼ਿਸ਼ ਹੈ ਫੜੇ ਹੋਏ ਗੁੱਟ ਲਗਭਗ ਦਾਅ ਇਸ ਸਮੇਂ ਮੈਦਾਨ ਦੇ ਵਿੱਚ ਬਣਾਏ ਜਾ ਰਹੇ ਨੇ ਤੇ 30 ਸਕਿੰਟ ਦਾ ਸਮਾਂ ਜਿਹੜਾ ਸਮਾਂ ਬਲਵਾਨ ਪੁਆਇੰਟ ਭਾਰਤ ਦੇ ਵਾਸਤੇ ਜੁੜਦਾ ਹੋਇਆ ਬਿਲਕੁਲ ਜੋ ਲੋਕ ਜਿਹੜੇ ਮੈਚ ਦੇਖਣ ਦੇ ਵਿੱਚ ਜੁੜੇ ਹੋਏ ਨੇ ਮਗਨ ਨੇ ਬੜਾ ਸੋਹਣਾ ਮੁਕਾਬਲਾ ਜਿਹੜਾ ਦੇਖਣ ਨੂੰ ਮਿਲਿਆ ਹੁਣ ਤੱਕ 4 ਅੰਕਾਂ ਦਾ 7 ਅੰਕਾਂ ਦਾ ਜਿਹੜਾ ਅੰਤਰ ਹੈ ਪਹਿਲੇ ਪਾਣੀ ਦੇ ਜਿਹੜੇ ਬਖਰੂ ਦੇ ਤੱਕ ਨਜ਼ਰ ਮਾਰੀਏ ਸਕੋਰ ਜਿਹੜੀ ਅੰਕ ਤਾਲਕਾ ਤੇ ਬੜਾ ਜਿਹੜਾ ਰੋਚਕ ਜਿਹੜਾ ਮੁਕਾਬਲਾ ਉਹ ਚੱਲ ਰਿਹਾ ਸਿਰਫ 4 ਅੰਕਾਂ ਦਾ ਅੰਤਰ ਹੈ ਭਾਰਤੀ ਟੀਮ ਦੀ ਜਿਹੜੀ ਕੋਚ ਹੈ ਜਸਕਰਨ ਕੌਰ ਲਾਡੀ ਆ ਵੱਖ ਵੱਖ ਮੁਲਕਾਂ ਦੇ ਲਹਿਰਾਉਂਦੇ ਹੋਏ ਝੰਡੇ ਸਭ ਤੋਂ ਪਹਿਲਾਂ ਈਰਾਨ ਦਾ ਝੰਡਾ ਝੂਲਦਾ ਹੋਇਆ ਔਰ ਵੱਖ ਵੱਖ ਮੁਲਕਾਂ ਦੇ ਝੰਡੇ ਦਰਸ਼ਕਾਂ ਦਾ ਇਕੱਠ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਅੱਜ ਮੂਨਕ ਪਹੁੰਚਿਆ ਔਰ ਇਹਨਾਂ ਮੈਚਾਂ ਦਾ ਜਿਹੜਾ ਆਨੰਦ ਮਾਰ ਰਿਹਾ ਅਲੈਗਜ਼ੈਂਡਰਾ ਸੈਂਟੈਗੋ ਅਲੈਗਜ਼ੈਂਡਰਾ ਜਿਹੜੀ ਸੈਂਟੈਗੋ ਹੈ ਰੇਡ ਪਾਈ ਔਰ ਸੁਖਦੀਪ ਕੌਰ ਦੇ ਨਾਲ ਸੰਘਰਸ਼ ਹੈ ਜਿਹੜਾ ਹਲਕਾ ਆਇਆ ਹੋਇਆ ਅੰਕ ਜੋੜਿਆ 12-5 ਅੰਕ ਹੋ ਜਾਣਗੇ ਇਸ ਅੰਕ ਦੇ ਨਾਲ ਦਰਸ਼ਕ ਦਾ ਹਰ ਵਰਗ ਹੈ ਜਿਹੜਾ ਅੱਜ ਇੱਥੇ ਪਹੁੰਚਿਆ ਹੋਇਆ ਹੈਗਾ ਕੀ ਬੱਚਾ ਕੀ ਬੁੱਢਾ ਸਭ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਇੱਥੇ ਅੱਜ ਜੁੜੇ ਹੋਏ ਨੇ ਸੁਖਦੀਪ ਕੌਰ ਸਟੋਪ ਲਾਈਨ ਦੇ ਵਿੱਚੋਂ ਨਿਕਲ ਕੇ ਰੇਡ ਕਰਨ ਦੇ ਲਈ ਅੱਗੇ ਵਧੀ ਔਰ ਦੂਸਰੇ ਪਾਸੇ ਜਿਹੜੀ ਓਲੇਪੀ ਬੇਟਿਜ ਹੈ ਉਹਦੇ ਨਾਲ ਮੁਕਾਬਲਾ ਹੁੰਦਾ ਹੋਇਆ ਸਟੋਪਰ ਦੇ ਨਾਲ ਔਰ ਕਿੱਟ ਫਰਮ ਦਾ ਸ਼ਾਇਦ ਜਿਹੜਾ ਫਾਊਲ ਹੈ ਉਹ ਅੰਪਾਇਰ ਦੁਆਰਾ ਚੈੱਕ ਕੀਤਾ ਗਿਆ ਅੰਕ ਹੈ ਜਿਹੜਾ ਇਹ ਔਰ ਉਹ ਭਾਰਤ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਸੋਹਣਾ ਮੁਕਾਬਲਾ ਦੂਸਰੇ ਪਾਸੇ ਇੱਕ ਵਾਰੀ ਫਿਰ ਰੇਡ ਕਰਨ ਦੇ ਲਈ ਤਾਨੀਆਂ ਅਮਾਇਆ ਰੇਡ ਕਰਨ ਦੇ ਲਈ ਅੱਗੇ ਵਾਧੀ ਹੋਈ ਤਾਨੀਆਂ ਅਮਾਇਆ ਸਾਹਮਣੇ ਦੇਖਣਾ ਔਰ ਚੇਨ ਤੋੜੀ ਹੈ ਜਿਹੜੀ ਸੰਗਰੂਰ ਹੈ ਮਲਵ ਦੀ ਧਰਤੀ ਹੈ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਤਾਨੀਆਂ ਅਮਾਇਆ ਮੈਕਸੀਕੋ ਦੀ ਖਿਡਾਰਨ ਰੇਡ ਪਾਉਣ ਦੇ ਵਾਸਤੇ ਅੱਗੇ ਵੱਲ ਵੱਧ ਚੁੱਕੀ ਹੈ 4 ਸਟੋਪਰ ਇੰਡੀਆ ਦੀਆਂ ਬਿਲਕੁਲ ਤਿਆਰ ਵਰ ਤਿਆਰ ਨੇ ਇਸ ਖਿਡਾਰਨ ਦਾ ਮੁਕਾਬਲਾ ਕਰਨ ਦੇ ਵਾਸਤੇ
ਵਾਸਤੇ ਕਾਲ ਬਣ ਕੇ ਕੋਸ਼ਿਸ਼ ਕਰੂ ਤੇ ਸਾਹਮਣੇ ਡਬਲ ਡਚ ਦਾ ਪੁਆਇੰਟ ਫਿਰ ਮੈਕਸੀਕੋ ਦੀ ਟੀਮ ਨੂੰ ਮਿਲਦਾ ਹੋਇਆ ਬੜਾ ਹੀ ਜਿਹੜਾ ਵੱਖ ਵੱਖ ਖੇਡਾਂ ਦੇ ਵਿੱਚ ਇਸ ਖਿੱਤੇ ਦਾ ਜਿਹੜਾ ਇਤਿਹਾਸ ਰਿਹਾ ਹੈਗਾ ਮੂਨਕ ਇਲਾਕੇ ਦਾ ਹੀ ਹੋਣਹਾਰ ਖਿਡਾਰੀ ਗੁਰਸੇਵਕ ਅੰਮ੍ਰਿਤ ਰਾਜ ਜਿਹੜਾ ਟੈਨਿਸ ਦੇ ਖੇਤਰ ਦੇ ਵਿੱਚ ਹਿੰਦੁਸਤਾਨ ਦੀ ਨੁਮਾਇੰਦਗੀ ਕਰਦਾ ਹੈ ਪੇਸ਼ੇਵਰ ਟੈਨਿਸ ਦੇ ਵਿੱਚ ਵੱਡਾ ਨਾਮ ਬਣ ਚੁੱਕਿਆ ਉਹਦੇ ਸ਼ਾਗਿਰਦ ਨੇ ਜਿਹੜੇ ਇਸ ਇਲਾਕੇ ਦੇ ਖਿਡਾਰੀ ਉਹ ਵੀ ਹਿੰਦੁਸਤਾਨ ਦੀ ਟੌਪ ਰੈਂਕਿੰਗ ਦੇ ਵਿੱਚ ਖੇਡਦੇ ਨੇ ਤੇ ਅੱਜ ਇਹ ਇਲਾਕਾ ਜਿਹੜਾ ਖੇਡਾਂ ਦਾ ਹਰ ਵਰਗ ਦੇ ਵਿੱਚ ਜਿਹੜਾ ਨਾਂ ਕਰ ਚੁੱਕਾ ਹੈ ਔਰ ਦੂਸਰੇ ਪਾਸੇ ਸੁਖਵਿੰਦਰ ਕੌਰ ਸੁੱਖੀ ਦਿਖਾਉਂਦੀ ਹੋਈ ਕਿ ਉਹਨਾਂ ਦੀ ਜਿਹੜੀ ਤਾਕਤ ਹੈ ਉਸ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਇਸ ਮੈਚ ਦੇ ਵਿੱਚ ਅੰਕ ਜੋੜਿਆ ਭਾਰਤੀ ਟੀਮ ਦੇ ਲਈ ਸੁਖਵਿੰਦਰ ਸੁੱਖੀ ਨੇ ਉੱਧਰ ਇਸ਼ਾਰਾ ਕਰਦੇ ਹੋਏ ਰੈਫਰੀ ਹਰਪ੍ਰੀਤ ਸਿੰਘ ਔਰ ਜਿਹੜਾ ਗੁਰਪ੍ਰੀਤ ਸਿੰਘ ਦਾ ਇਸ਼ਾਰਾ ਸੀ ਔਰ ਅਲੈਗਜ਼ੈਂਡਰ ਵੱਖਰਾ ਹੀ ਅੰਦਾਜ਼ ਹੈ ਇਸ ਖਿਡਾਰਾਂ ਦਾ ਰੇਡ ਪਾਉਣ ਦਾ ਲੰਬੇ ਵਾਲ ਨੇ ਔਰ ਦੂਸਰੇ ਪਾਸੇ ਇੱਕ ਵਾਰੀ ਫਿਰ ਜੱਸੂ ਦੇ ਨਾਲ ਮੁਕਾਬਲਾ ਹੁੰਦਾ ਹੋਇਆ ਪੰਜਾਬ ਪੁਲਿਸ ਦੀ ਮੁਲਾਜ਼ਮ ਹੈ ਮੁਟਿਆਰ ਜਿਸਦਾ ਬਹੁਤ ਲੰਬਾ ਤਜਰਬਾ ਖੇਡਾਂ ਦੇ ਖੇਤਰ ਦੇ ਕਬੱਡੀ ਦੇ ਖੇਤਰ ਦੇ ਵਿੱਚ ਅਨੇਕਾਂ ਕੌਮਾਂਤਰੀ ਮੈਚ ਖੇਡ ਚੁੱਕੀ ਹੈ ਜ਼ੋਰਦਾਰ ਸੰਘਰਸ਼ ਦਰਸ਼ਕਾਂ ਦੀਆਂ ਤਾੜੀਆਂ ਤੇਜ਼ ਹੁੰਦੀਆਂ ਹੋਈਆਂ ਸਭ ਦੀਆਂ ਨਿਗਾਹਾਂ ਜੱਸੂ ਤੇ ਅਲੈਗਜ਼ੈਂਡਰਾ ਤੇ ਅਲੈਗਜ਼ੈਂਡਰਾ ਕੰਧਿਆਂ ਦੇ ਵੱਲ ਜਾਂਦੀ ਹੋਈ ਦੂਰੀ ਮੀਟਰਾਂ ਦੇ ਵਿੱਚ ਬਦਲਦੀ ਹੋਈ ਸੈਂਟੀਮੀਟਰਾਂ ਦੀ ਔਰ ਦੇਖਣਾ ਔਰ ਹੈਦਰ ਜੀਸਤਮਾਨ ਨੇ ਟਵਿੱਟਰ ਵਜਾ ਕੇ ਦੱਸਤਾ ਕਿ ਜਿਹੜਾ ਅੰਕ ਹੈ ਉਹਦੇ ਉੱਤੇ ਭਾਰਤ ਦਾ ਨਾਮ ਲਿਖਿਆ ਜਾ ਚੁੱਕਿਆ ਉਹਦੇ ਉੱਤੇ ਤਿਰੰਗਾ ਛਪ ਚੁੱਕਿਆ ਅੰਕ 24 ਜਿਹੜੇ 20 ਇਹ ਨੇ ਮੌਜੂਦ ਸ਼ਖਸੀਅਤਾਂ ਜਿਹੜੀਆਂ ਅੱਜ ਮਾਣ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵੱਡੀ ਹਸਤੀ ਹੈ ਰਾਜਨੀਤੀ ਦੇ ਖੇਤਰ ਦੇ ਵਿੱਚ ਖੇਡਾਂ ਦੇ ਵਿੱਚ ਪਰ ਸ਼ੁਰੂਆਤ ਮੈਚ ਦੇ ਆਖਰੀ ਫੈਸਲਾ ਕੁੰਨ ਕੁਆਟਰ ਦੀ ਨੋਨਾ ਕਰਦੀ ਹੋਈ ਔਰ ਹਰਵਿੰਦਰ ਕੌਰ ਨੋਨਾ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਮੇਰਠ ਯੂਨੀਵਰਸਿਟੀ ਵੱਖ ਵੱਖ ਯੂਨੀਵਰਸਿਟੀਆਂ ਦੀ ਇਹ ਖਿਡਾਰਨ ਨੁਮਾਇੰਦਗੀ ਕਰ ਚੁੱਕੀ ਹੈ ਅੰਤਰਵਸਤੀ ਮੁਕਾਬਲਿਆਂ 'ਚ ਤਗਮੇ ਜੀਤੂ ਹੈ ਉੱਧਰ ਇੰਟਰਨੈਸ਼ਨਲ ਲੈਵਲ 'ਤੇ ਕ੍ਰਿਸਟਨ ਦੇ ਨਾਲ ਮੁਕਾਬਲਾ ਹੁੰਦਾ ਹੋਇਆ ਨੋਨਾ ਸਹਿਜ ਹੀ ਅੰਕ ਬਦੌਰਨ ਦੇ ਵਿੱਚ ਸਫਲ ਰਹੀ ਲੰਬਾ ਤਜਰਬਾ ਹੈ ਉਹਨਾਂ ਦੇ ਕੋਲ ਔਰ ਦੂਸਰੇ ਪਾਸੇ ਇੱਕ ਵਾਰੀ ਫਿਰ ਤਾਨੀਆ ਅਮਾਇਆ ਰੇਡ ਕਰਦੀ ਹੋਈ ਮੈਕਸੀਕੋ ਦੀ ਤਰਫੋਂ ਵਧਾਈ ਦੇ ਪਾਤਰ ਹੈ ਮਹਿੰਦਰ ਸਿੰਘ ਸਿੱਧੂ ਹੋਣਾ ਦੀ ਟੀਮ ਜਿਨ੍ਹਾਂ ਨੇ ਬੜੇ ਹੀ ਸੋਹਣੇ ਸਲੀਕੇ ਦੇ ਨਾਲ ਪਿਛਲੇ ਲੰਬੇ ਅਰਸੇ ਤੋਂ ਕਬੱਡੀ ਦੇ ਵਿੱਚ ਆਪਣੀਆਂ ਪੈਰਾਂ ਪਾਈਆਂ ਨੇ ਦੂਸਰੇ ਪਾਸੇ ਸੰਘਰਸ਼ ਹੁੰਦਾ ਹੋਇਆ ਭਾਰਤੀ ਖਿਡਾਰਨ ਸੁਖਦੀਪ ਕੌਰ ਦੇ ਨਾਲ ਦੇਖਣਾ ਕਿ ਅੰਕ ਕਿਸ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਤਾਨੀਆ ਅਮਾਇਆ ਨੂੰ ਕੰਧਿਆਂ ਤੇ ਜਾ ਕੇ ਖੜਿਆ ਹੋਇਆ ਗਾ ਔਰ ਦੂਸਰੇ ਪਾਸੇ ਸੰਘਰਸ਼ ਹੈ ਜਿਹੜਾ ਤੇਜ਼ ਹੁੰਦਾ ਹੋਇਆ ਸੁਖਦੀਪ ਕੌਰ ਵੱਲੋਂ ਕੰਧਿਆਂ ਦੇ ਪੇਸ਼ੀ ਕੰਮ ਬਿਲਕੁਲ ਖੂਹ ਤੋੜ ਜਾ ਕੇ ਪੈਸੇ ਦੇ ਮੁੜਨ ਵਾਲੀ ਗੱਲ ਹੋਣ ਵਾਲੀ ਗੱਲ ਹੋਈ ਤਾਨੀਆਂ ਦੇ ਨਾਲ ਬਿਲਕੁਲ ਕੁਝ ਹੀ ਇੰਚਾਂ ਦਾ ਫਾਸਲਾ ਰਹਿ ਗਿਆ ਸੀ ਔਰ ਅੱਜ ਵੱਖ ਵੱਖ ਸ਼ਖਸੀਅਤਾਂ ਇਹਨਾਂ ਮੈਚਾਂ ਦੀ ਸਫਲਤਾ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਯੋਗਦਾਨ ਪਾ ਰਹੀਆਂ ਨੇ ਭਾਰਤੀ ਟੀਮ ਹੈ ਜਿਹੜੀ ਉਹ ਜਸਕਰਨ ਕੌਰ ਲਾਡੀ ਦੀ ਅਗਵਾਈ 'ਚ ਬੜੇ ਨਿਯਮਬੰਦ ਬੜੇ ਸੰਜਮ ਦੇ ਨਾਲ ਅੱਗੇ ਵੱਧ ਰਹੀ ਹੈ ਔਰ ਦੂਸਰੇ ਪਾਸੇ ਇੱਕ ਵਾਰੀ ਭਾਰਤੀ ਖਿਡਾਰੀਆਂ ਨੂੰ ਕ੍ਰਿਸਟਨ ਅਯਾਇਆ ਨੇ ਲਗਾਇਆ ਹੋਇਆ ਜੱਥਾ ਔਰ ਜਿਹੜੀ ਸੋਨੀ ਹੈ ਉਸ ਨੂੰ ਉਸ ਤੋਂ ਵੱਡੇ ਜਿਹੜੇ ਗੁੱਟ ਵਾਲੀ ਖਿਡਾਰਨ ਸੀ ਉਹਨੇ ਆਸਾਨੀ ਦੇ ਨਾਲ ਜਿਹੜਾ ਸਟੋਪ ਲਗਾ ਕੇ ਅੰਕ ਜੋੜਿਆ ਆਪਣੀ ਟੀਮ ਦੇ ਲਈ 26-21 ਪੰਜ ਅੰਕਾਂ ਦਾ ਅੰਤਰ ਹੈ ਔਰ ਇੱਕ ਵਾਰੀ ਫਿਰ ਰੇਡ ਕਰਨ ਦੇ ਲਈ ਬੁਲਸੇ ਅੱਗੇ ਵੱਧਦੀ ਹੋਈ ਰੇਡ ਕਰਨ ਦੇ ਲਈ ਔਰ ਸਾਹਮਣੇ 4 ਭਾਰਤੀ ਜਿਹੜੀਆਂ ਸਟੋਪਰ ਨੇ ਉਹਨਾਂ ਦੀ ਚੇਂਜ ਉਮਦੀ ਹੋਈ ਔਰ ਦੇਖਣਾ ਜੱਸੂ ਦੇ ਨਾਲ ਖੇਡ ਹੋ ਗਿਆ ਜੱਸੂ ਮਲੇਸ਼ੀਆ ਨੇਪਾਲ ਵੱਡੇ ਵੱਡੇ ਜਿਹੜੇ ਕੌਮਾਂਤਰੀ ਟੂਰਨਾਮੈਂਟ ਹੋਏ ਨੇ ਉਹਨਾਂ ਦੇ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ ਔਰ ਜਿਸ ਦੀ ਬਦੌਲਤ ਨੂੰ ਸਤਿਕਾਰ ਮਿਲਿਆ ਪੰਜਾਬ ਪੁਲਿਸ ਦੇ ਵਿੱਚ ਵੀ ਇਸ ਖਿਡਾਰਾਂ ਨੂੰ ਨੌ ਜਿਹੜੀ ਜੋਇਨ ਮਿਲੀ ਹੈ ਔਰ ਤਕੜਾ ਸੰਘਰਸ਼ ਹੈ ਕੰਧਿਆਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਔਰ ਦੇਖਣਾ ਕਿ ਅੰਕ ਇੱਕ ਵਾਰੀ ਫਿਰ ਟਵਿੱਟਰ ਨੇ ਦਰਸਾਇਆ ਕਿ ਦਿਲ ਸੇ ਅੰਕ ਹਾਸਲ ਨਹੀਂ ਕਰ ਸਕੀ ਔਰ ਅੰਕ ਹੈ ਜੱਸੂ ਦਾ ਅੰਕ ਭਾਰਤ ਦਾ 6 ਅੰਕਾਂ ਦਾ ਅੰਤਰ ਰਹਿ ਗਿਆ 27-21 ਔਰ ਭਾਰਤੀ ਟੀਮ ਕੋਲੇ ਚੰਗੀ ਬੜਤ ਹੈ ਮੈਚ ਦੀ ਔਰ ਕਰਮਾਂ ਵਾਲੀ ਟੀਮ ਨੁਮਾਇੰਦਗੀ ਕਰਦੀ ਹੋਈ ਭਾਰਤ ਦੀ ਅੱਗੇ ਵੱਧਦੀ ਹੋਈ ਔਰ ਦੋਨੋਂ ਹੀ ਪਾਸੇ ਜਿਹੜਾ ਸਖ਼ਤ ਮੁਕਾਬਲਾ ਦੇਖੋ ਕਰਮੀ ਨੇ ਆਸਾਨੀ ਦੇ ਨਾਲ ਟੱਚ ਕੀਤਾ ਇਹ ਖਿਡਾਰਨਾਂ ਨੇ ਜਿਨ੍ਹਾਂ ਨੇ ਹਰਿਆਣੇ ਦਾ ਨਾਮ ਵਿਸ਼ਵ ਪੱਧਰ ਤੇ ਚਮਕਾ ਦਿੱਤਾ ਜਿੱਥੇ ਹੋਰਨਾਂ ਖੇਡਾਂ ਦੇ ਵਿੱਚ ਮੁੱਕੇਬਾਜ਼ੀ ਜਾਂ ਹੋਰ ਖੇਡਾਂ ਦੇ ਵਿੱਚ ਔਰ ਜਿਹੜੀ ਟੀਮ ਹੈ ਉਹ ਡਟੀ ਹੋਈ ਹੈ ਇਸ ਮੈਚ ਦੇ ਇੱਕ ਇੱਕ ਅੰਕੜੇ ਨੂੰ ਸਮੇਟਣ ਦੇ ਵਿੱਚ ਔਰ ਦੂਸਰੇ ਪਾਸੇ ਅਲੈਗਜ਼ੈਂਡਰਾ ਕਦੇ ਖੁੱਲ੍ਹੇ ਬਾਲ ਕਰਕੇ ਰੇਡ ਪਾਉਂਦੀ ਹੈ ਕਦੇ ਜੂਗਾ ਕਰਕੇ ਇਸ ਕਰਕੇ ਅੰਦਾਜ਼ ਔਰ ਰਾਣੀ ਰਣਦੀਪ ਕੌਰ ਸਭ ਤੋਂ ਉੱਚੇ ਲੰਬੇ ਕੱਦ ਦੀ ਖਿਡਾਰਨ ਹੈ ਭਾਰਤੀ ਟੀਮ ਦੇ ਵਿੱਚ ਪਿਛਲੇ ਵਾਰ ਕੱਦ ਦੀ ਵੀ ਸ਼ਾਨਦਾਰ ਖੇਡੀ ਇਸ ਵਾਰੀ ਪਕੜ ਕੇ ਪਿੱਛੋਂ ਪੂਰੀ ਤਰ੍ਹਾਂ ਜੱਥਾ ਜਿਹੜਾ ਲਗਾਇਆ ਹੋਇਆ ਭਾਰਤੀ ਖਿਡਾਰਨਾਂ ਪੂਰੇ ਜਲਾਅ ਦੇ ਨਾਲ ਖੇਡਦੀਆਂ ਹੋਈਆਂ ਅੰਦਰ ਦੇ ਜਾ ਕੇ ਗੱਲ ਹੋਈ ਹੈ ਔਰ ਦੇਖਣਾ ਕਿ ਸੰਦੀਪ ਨੰਗਲੰਬੀਆਂ ਦੇ ਵਾਂਗ ਬਿਲਕੁਲ ਆਪਣਾ ਪੂਰਾ ਜੋਸ਼ ਹੈ ਜਿਹੜਾ ਰਣਦੀਪ ਕੌਰ ਦਿਖਾਉਂਦੀ ਹੋਈ ਹੈ ਔਰ
ਅੰਕ ਹੈ ਜਿਹੜਾ ਉਹ ਭਾਰਤ ਟੀਮ ਦੇ ਖਾਤੇ ਦੇ ਵਿੱਚ ਰਾਣੀ ਨੇ ਅੰਕ ਹੈ ਜਿਹੜਾ ਭਾਰਤ ਲਈ ਜੋੜਿਆ ਔਰ ਬਹੁਤ ਹੀ ਸੋਹਣੇ ਅੰਦਾਜ਼ ਔਰ ਬਹੁਤ ਹੀ ਸੋਹਣੇ ਅੰਦਾਜ਼ ਚ ਮੈਚ ਅੱਗੇ ਵਾਧਾ ਹੋਇਆ 29-21 ਔਰ ਜਿਹੜੀ 8 ਅੰਕਾਂ ਦੀ ਵਰਤ ਹੈ ਸੁਖਵਿੰਦਰ ਕੌਰ ਸੁੱਖੀ ਅਗਲੀ ਵੇਟ ਦੇ ਲਈ ਅੱਗੇ ਵਾਧੀ ਹੋਈ ਗੱਲ ਕਰਨਗੇ ਪ੍ਰੋਫੈਸਰ ਸੇਵਕ ਸ਼ੇਰਗੜ ਦੂਸਰੇ ਪਾਸੇ ਭਾਰਤੀ ਟੀਮ ਦੇ ਵਾਸਤੇ ਸੁਖਵਿੰਦਰ ਕੌਰ ਸੁੱਖੀ ਜੀ ਮੈਦਾਨ ਦੇ ਵਿੱਚ ਪਈ ਕਦੱਡੀ ਹੈ ਲਓ 8 ਨੰਬਰਾਂ ਦੀ ਲੀਡ ਜਿਹੜੀ ਇੰਡੀਆ ਦੀ ਟੀਮ ਨੇ ਬਣਾਈ ਹੈ ਜਿਵੇਂ ਹਾਫ ਪੀਰੀਅਡ ਦੇ ਖਤਮ ਹੋਣ ਤੱਕ 15-15 ਨੰਬਰ ਦੋਨੋਂ ਟੀਮਾਂ ਦੇ ਰਹੇ ਹੈ ਔਰ ਚੌਥੇ ਕੁਆਟਰ ਦੇ ਵਿੱਚ ਆ ਕੇ ਨੰਬਰਾਂ ਦਾ ਫਾਸਲਾ ਵੱਧਦਾ ਜਾ ਰਿਹਾ ਹੈ ਨੰਬਰ ਇਸ ਲਈ ਰੀਡਰ ਦੇ ਵਾਸਤੇ ਜਾ ਜੁੜੇ ਹੈ ਦਰਸ਼ਕਾਂ ਦੇ ਹੱਥ ਜਦੋਂ ਹਵਾ ਦੇ ਵਿੱਚ ਹੁੰਦੇ ਹੈ ਤਾਂ ਉੱਥੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਕਬੱਡੀ ਦੇ ਦੀਵਾਨੇ ਕਬੱਡੀ ਨੂੰ ਬਹੁਤ ਪਿਆਰ ਕਰਦੇ ਹੈ ਇਧਰਲੇ ਪਾਸੇ ਮੈਦਾਨ ਦੇ ਵਿੱਚ ਡੀਓ ਸਰਵਸੇਲ 'ਚ ਕਬੱਡੀ ਪਹੁੰਚੀ ਹੋਈ ਮੈਕਸੀਕੋ ਦੀ ਖਿਡਾਰਨ ਔਰ ਦੂਸਰੇ ਪਾਸੇ ਮੈਦਾਨ ਦੇ ਵਿੱਚ ਫਿਰ ਆਪਾਂ ਦੇਖਦੇ ਹਾਂ ਵੀ ਇਸ ਸਮੇਂ ਰਿੰਕੂ ਦੇ ਵੱਲੋਂ ਮੁਕਾਬਲਾ ਕੀਤਾ ਜਾ ਰਿਹਾ ਹੈ ਰਿੰਕੂ ਭਾਰਤੀ ਟੀਮ ਦੇ ਵਾਸਤੇ ਬਹੁਤ ਜ਼ੋਰ ਦੇ ਨਾਲ ਜੱਫਾ ਲਾਉਂਦੀ ਹੋਈ ਤੇਜ਼ ਤਰਾਰ ਕਬੱਡੀਆਂ ਪਾਉਣ ਵਾਲੀ ਇਹ ਖਿਡਾਰਨ ਨੂੰ ਮੈਦਾਨ ਦੇ ਵਿੱਚ ਲੱਗਦਾ ਹੈ ਤਰਲੇਦਾਰ ਜੱਫਾ ਤੇ ਪੁਆਇੰਟ ਦੇਖਾਂਗੇ ਵੀ ਕਿਹੜੀ ਖਿਡਾਰਨ ਦੇ ਵਾਸਤੇ ਜਾ ਜੁੜੇਗਾ 30 ਸੈਕਿੰਡ ਦੇ ਵਿੱਚ ਕੁਝ ਪਲ ਬੀਤ ਕੇ ਕੁਝ ਬੀਤਦੇ ਜਾ ਰਹੇ ਹੈ ਔਰ ਥੋੜੇ ਸਮੇਂ ਦੇ ਬਾਅਦ ਹੂਟਰ ਨੇ ਸਮਾਂ ਸਮਾਪਤ ਕਰ ਦੇਣਾ ਲੱਗਾ ਹੈ ਜ਼ੋਰ ਹੈ ਨੰਬਰ ਭਾਰਤੀ ਟੀਮ ਦੇ ਵਾਸਤੇ ਇਸ ਸਮੇਂ ਜੁੜਦਾ ਹੋਇਆ ਨੰਬਰ ਸਟੈਪਰ ਦੇ ਵਾਸਤੇ ਜਾ ਜੁੜੇ ਹੈ ਉਧਰ ਆਪਾਂ ਦੇਖਦੇ ਵੀ ਕਬੱਡੀ ਦੇ ਪ੍ਰੇਮੀ ਨੇ ਔਰ ਔਰਤ ਵਰਗ ਦਾ ਮੈਚ ਜਿਹੜਾ ਇਸ ਸਮੇਂ ਮੂਰਖ ਦੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਸ ਸਮੇਂ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਹਰਵਿੰਦਰ ਕੌਰ ਨੋਨਾ ਅੱਗੇ ਵੱਲ ਵੱਧਦੀ ਹੋਈ ਕਿ ਕੁੜੀਆਂ ਦੀ ਖੇਡ ਦੇਖੋ ਪੈਂਦੀ ਜੇ ਔਰ ਰੇਡ ਦੇਖੋ ਲੱਗਦੇ ਨੇ ਜੋਸ਼ ਨਾਲ ਜੱਫੇ ਵਾਲੇ ਤੇਜ਼ ਦੇਖੋ ਰਾਜ ਲਹਿਰੀ ਹੈ ਕਰੋੜਾਂ ਵਾਲਾ ਕੱਪ ਜੀ ਤਿੰਬਦੇ ਨੇ ਦਿਨਾਂ ਤਾਈਂ ਲੱਗਦੇ ਨੇ ਜੱਫ ਜੀ ਇੱਕ ਇੱਕ ਰੇਡ ਦੇ ਉੱਤੇ ਅੱਜ ਮਨਾਈ ਜਾ ਰਹੀ ਖੁਸ਼ੀ ਇਸ ਮੈਚ ਦੇ ਵਿੱਚ ਪੂਰਾ ਉਤਸ਼ਾਹ ਭਰਦੀ ਜਾ ਰਹੀ ਹੈ ਇੱਧਰ ਕ੍ਰਿਸਟ ਨਿਆਲਾ ਇਹ ਕਪਤਾਨ ਹੈ ਮੈਕਸੀਕੋ ਦੀ ਜਿਹਨੇ ਹਰ ਮੈਦਾਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਇਸ ਵਾਰ ਸਫਲਤਾ ਲਈ ਫਿਰ ਧਾਵੀ ਦੇ ਕਦਮ ਚੁੰਮੇ ਹੈ ਨੰਬਰ 9 ਨੇ ਆਪਣੀ ਟੀਮ ਦੇ ਵਾਸਤੇ ਜੋੜਿਆ ਹੈ ਬਹੁਤ ਵੱਡਾ ਤਜਰਬਾ ਇਹ ਮੁਟਿਆਰ ਆਪਣੇ ਕੋਲ ਕਬੱਡੀ ਦਾ ਰੱਖਦੀ ਹੈ ਔਰ ਦੂਸਰੇ ਪਾਸੇ ਫਿਰ ਤਾਨੀਆ ਮਾਇਆ ਦੀ ਪਈ ਕਬੱਡੀ ਮੈਕਸੀਕੋ ਦੀ ਟੀਮ ਦੇ ਵਾਸਤੇ ਮੈਦਾਨ ਦੇ ਵਿੱਚ ਦੇਖਾਂਗੇ 4 ਸਟੋਪਰਾਂ ਨੇ ਭਾਰਤ ਦੀ ਟੀਮ ਦੀਆਂ ਕਿਹੜੀ ਖਿਡਾਰਨ ਕਿਹੜੇ ਸਮੇਂ ਤੇ ਕਿਹੜੀ ਵਿਉਂਤਬੰਦੀ ਵਰਤੇਗੀ ਕਿਉਂਕਿ ਕੁਸ਼ਤੀ ਦੇ ਬਾਂਗਰਾਂ ਬਹੁਤ ਸਾਰੇ ਦਾਅ ਜਿਹੜੇ ਕਬੱਡੀ ਦੇ ਖਿਡਾਰੀਆਂ ਨੇ ਆਪਾਂ ਉਹਨਾਂ ਨੇ ਸ਼ੁਰੂ ਕਰ ਦਿੱਤੇ ਹੈ ਇਧਰਲੇ ਪਾਸੇ ਫਿਰ ਮੈਦਾਨ ਦੇ ਵਿੱਚ ਆਪਾਂ ਦੇਖਦੇ ਸੁਖਦੀਪ ਕੌਰ ਜਿਹਨੇ ਹੁਣ ਤੱਕ ਬਹੁਤ ਸ਼ਾਨਦਾਰ ਖੇਡ ਵਿਖਾਈ ਹੈ ਔਰ ਦਰਸ਼ਕਾਂ ਲਈ ਚਹੇਤੀ ਖਿਡਾਰਨ ਇੱਕ ਹੋਰ ਕੋਸ਼ਿਸ਼ ਕਰਦੀ ਹੋਈ ਫੜਿਆ ਹੋਇਆ ਗੁੱਟ ਹੈ ਦੋਵੇਂ ਹੱਥਾਂ ਦੇ ਨਾਲ ਲੱਗਾ ਹੈ ਦੋਵੇਂ ਮੁਟਿਆਰਾਂ ਦਾ ਬਹੁਤ ਜ਼ੋਰ ਹੈ ਇਸ ਸਮੇਂ ਦੇਖਾਂਗੇ ਵੀ ਸਫਲਤਾ ਫਿਰ ਇਸ ਮੁਟਿਆਰ ਦੇ ਵਾਸਤੇ ਭਾਰਤੀ ਟੀਮ ਦੇ ਵਾਸਤੇ ਜਾਗਦੀ ਹੈ ਸੁਖਦੀਪ ਕੌਰ ਨੇ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਅੱਜ ਬਹੁਤ ਵੱਡਾ ਮਾਣ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦੇ ਵਿੱਚ ਵਿਦੇਸ਼ੀ ਮੂਲ ਦੀਆਂ ਟੀਮਾਂ ਨੂੰ ਇਸ ਇਲਾਕੇ ਦੇ ਦਰਸ਼ਕਾਂ ਨੇ ਦਿੱਤਾ ਹੈ ਡਾਕਟਰ ਭੀਮ ਰਾਓ ਅੰਬੇਦਕਰ ਸ਼ੇਮਾ ਵਰਲਡ ਕੱਪ ਕਬੱਡੀ 2016 ਖੇਡਿਆ ਜਾ ਰਿਹਾ ਹੈ ਉਧਰਲੇ ਪਾਸੇ ਫਿਰ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਵਾਸਤੇ ਇਸ ਸਮੇਂ ਆਪਾਂ ਦੇਖਦੇ ਹਾਂ ਵੀ ਕਰਮੀ ਅੱਗੇ ਵੱਲ ਵੱਧਦੀ ਹੋਈ ਭਾਰਤੀ ਟੀਮ ਦੀ ਬਹੁਤ ਜਾਨਦਾਰ ਖਿਡਾਰਨ ਤਜਰਬਾ ਬਹੁਤ ਹੈ ਖੇਡ ਕਬੱਡੀ ਦਾ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਰਿਹਾ ਹੈ ਇਹਦੇ ਨਾਲ ਹੀ 21 ਦੇ ਮੁਕਾਬਲੇ 34 ਨੰਬਰ ਇੰਡੀਆ ਦੀ ਟੀਮ ਦੇ ਹੋ ਚੱਲੇ ਹੈ ਉਧਰ ਆਪਾਂ ਵੇਖਦੇ ਹਾਂ ਵੀ ਵੱਖੋ ਵੱਖਰੇ ਰੰਗਾਂ ਦੀਆਂ ਪੁਸ਼ਾਕਾਂ ਦੇ ਵਿੱਚ ਸਜੇ ਹੋਏ ਕਬੱਡੀ ਦੇ ਪ੍ਰੇਮੀ ਨੇ ਦਰਸ਼ਕ ਜੋ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹੈ ਦੂਸਰੇ ਪਾਸੇ ਫਿਰ ਮੈਦਾਨ ਦੇ ਵਿੱਚ ਪਈ ਕਬੱਡੀ ਅਲਜਨੇਟਰ ਸਨੇਵੇ ਦੀ ਇਸ ਵੇਲੇ ਦੇਖਾਂ 4 ਵਿੱਚ ਕੌਣ ਕੋਸ਼ਿਸ਼ ਕਰੇਗੀ ਰਾਣੀ ਦੇ ਨਾਲ ਮੁਕਾਬਲਾ ਹੋ ਚੱਲਾ ਹੈ ਇੱਕ ਪਾਸੇ ਭੱਜ ਜਾਣ ਦੀ ਹਿੰਮਤ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਫੜਾ ਹੈ ਗੁੱਟਾ ਲੱਗਾ ਹੈ ਜ਼ੋਰ ਹੈ ਮੈਦਾਨ ਦੇ ਵਿੱਚ ਫਿਰ ਕੋਸ਼ਿਸ਼ ਕੀਤੀ ਜਾ ਰਹੀ ਖਿੱਚ ਤੋਂ ਜਾ ਰਹੀ ਹੈ ਫੈਸਲਾ ਕੀ ਹੋਵੇਗਾ ਇੱਕ ਪਾਸੇ ਰਾਣੀ ਹੈ ਦੂਸਰੇ ਪਾਸੇ ਮੈਦਾਨ ਦੇ ਵਿੱਚ ਅਲਜੇਟਰ ਹੈ ਇਹ ਮੈਕਸੀਕੋ ਦੀ ਟੀਮ ਦੀ ਸੰਤੇਵੇ ਬਹੁਤ ਪਿਆਰੀ ਖਿਡਾਰਨ ਹੈ ਇਸ ਲਈ ਆਪਣੀ ਟੀਮ ਦੇ ਵਾਸਤੇ ਜੂਝਦੀ ਹੋਈ ਮੈਦਾਨ ਦੇ ਵਿੱਚ ਦੇਖਾਂਗੇ